एक बढ़ते हुए होटल की छत के उत्ते पीला पंजा चलाया गया है क्योंकि इस होटल की छत तो श्री दरबार साहिब दिखाई देता है। जी हाँ बिल्कुल इसीलिए इस होटल की छत को ढाया गया है। सब तो उपरली मंजिल के उत्ते पीला पंजा चलाया गया है क्योंकि इस छत तो श्री हरिमंदर साहब के अंदर तक के दर्शन होंगे ने ते सुरक्षा के मद्देनज़र एस जी पी सी वालों पहला ही इसकी शिकायत दी गई सी। दो महीना पहला इसकी शिकायत दी गई सी कि जो होटल बन रहा इसकी छत तो श्री हरिमंदर साहब के अंदर तक झात पैंदी है दर्शन होंगे ने जिस करके सुरक्षा को लैके इतने कई तरह के सवाल भी खड़े हो रहे सन। इस दे लैके एस जी पी सी वालों जो शिकायत दी गई नगर कौंसल नूं तां उदों भी कार्रवाई नहीं हुई तो हुण जो मुख्यमंत्री भगवंत मान दे वालों अमृतसर दे विच दौरा किया गया तो इस दौरान उन्होंने इसकी शिकायत दी गई तो तुरंत ही इस ते कार्रवाई भी की गई है। यह होटल जो है श्री दरबार साहब के नजदीक ही बन रहा है जो कि 6 मंजिला इमारत है ते इस दी छत तो श्री दरबार साहब के दर्शन होंदे सन पर इत्थे एस जी पी सी दे वलों सुरक्षा नूं लैके सवाल खड़े किए गए सी ते इस खिलाफ कार्रवाई करन दे लई लिखती शिकायत दित्ती गई सी। हुण जाके इस शिकायत उत्ते कार्रवाई हुई है अते इस होटल दी सब तो उपरली मंजिल नूं ढा दिता गया है। तस्वीरां दे विच वी नजर आ रहा है कि इस होटल दे छत दे उत्तों दी श्री हरिमंदर साहिब बिल्कुल साफ नजर आ रहा है। इसे नु लेके ही इस छत नु ढाया जा रहा है। नाले भी कहा जा रहा है कि यह नजायज उसारी हो रही सी जिन्नी मंजिला इमारत बननी चाहिए सी उस तो वध बनाई जा रही सी जिसलिए हुण प्रशासन दे वल्लों इस खिलाफ कार्रवाई कर दिया होया इस बनते हुए होटल दे उत्ते पीला पंजा चलाया गया ते सब तो उपरली मंजिल नु ढा दिता गया है। बिल्डिंग बन रही सी जिहड़ी पुरानी बिल्डिंग दे उपर रेनोवेशन चल रही सी। हां जी ਉੱਪਰੋਂ ਇਹਦਾ ਵਿਊ ਦਰਬਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਿਟੀ ਦਾ ਇਸ ਕਰਕੇ ਅਸੀਂ ਉੱਪਰਲੀ ਮੰਜ਼ਿਲ ਜਿਹੜੀ ਉਹ ਡੈਮੋਲਿਸ਼ ਕਰ ਸਰ ਕਿੰਨੀਆਂ ਮੰਜ਼ਿਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਜੀ ਇੱਥੇ ਇਹ ਹੈਗਾ 5-6 ਮੰਜ਼ਿਲ 6 ਮੰਜ਼ਿਲ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਇਹ 1-2 ਮਹੀਨੇ ਤੋਂ ਸ਼ਿਕਾਇਤ ਆ ਤੇ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਪਹਿਲੇ ਬੰਦ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐਸਜੀਪੀਸੀ ਵੱਲੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਕੰਮ ਬੰਦ ਕਰਵਾਇਆ ਹੋਇਆ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ। ਹਾਂਜੀ ਕੰਮ ਬੰਦ ਹੀ ਸੀਗਾ ਸਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ। ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਇੱਕੋ ਥਾਂ ਤੇ ਨਹੀਂ ਆ ਜਾਂਦਾ ਬਾਕੀ ਇਸੇ ਕੰਮ ਬੰਦ ਕਰਵਾਇਆ ਹੋਇਆ ਸੀ ਤੇ ਹੁਣ ਅਸੀਂ ਡੈਮੋਲਿਸ਼ਨ ਕਰ ਤਾਂ ਸਰ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹਾਨੂੰ ਨਹੀਂ ਦਿੱਤਾ ਗਿਆ ਸੀ? ਨਹੀਂ ਦੇ ਰਹੇ ਲਿਖਤੀ ਦੇ ਰਹੇ। ਅੱਛਾ ਜੀ ਤੇ ਬਿਲਡਿੰਗ ਕਿਹਨਾਂ ਦੀ ਜੀ ਹੈ? ਬਿਲਡਿੰਗ ਮੈਨੂੰ ਨਹੀਂ ਪਤਾ। ਤਾਂ ਕੋਈ ਇੱਥੇ ਪਹੁੰਚਿਆ ਸਵੇਰ ਦਾ ਕੋਈ ਜਿਸ ਤਰ੍ਹਾਂ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੁਣ ਤੱਕ ਹੋਟਲ ਦਾ ਮਾਲਕ? ਹਾਂ ਆਏ ਕੋਈ ਕੰਸਰਨਡ ਬੰਦੇ ਆਏ। ਅੱਛਾ ਜੀ ਤੇ ਕੀ ਕਿਹਾ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਤਰਨਾ ਕੀ ਗੱਲਬਾਤ? ਕੁਝ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਹਾਂ ਜੀ ਬਸ ਬੈਠੇ ਹੋ ਵੀ ਬੈਠੇ। ਸਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਬਾਰ ਚੱਲਦੀ ਰਹਿੰਦੀ ਹੈ ਜੀ ਕਾਰਵਾਈ ਚੱਲਦੀ ਰਹਿੰਦੀ ਹੈ ਜੀ ਹੁਣ ਜਿੱਦਾਂ ਜਿੱਦਾਂ ਕੋਈ ਆਉਂਦਾ ਉਦੋਂ ਤੱਕ ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਕਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ। ਭਾਈ ਉਹਦੇ ਨਾਲ ਵੀ ਇੱਕ ਬਿਲਡਿੰਗ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਵੀ ਢਾਇਆ ਜਾਏਗਾ ਜੀ ਹਾਂਜੀ ਉਹਦੇ ਤੇ ਕਰਾਂਗੇ ਜੀ ਕਾਰਵਾਈ। ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਜਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ। ਚੱਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲਦੀ ਰਹਿੰਦੀ ਹੈ। ਹੁਣ ਤੇ ਆ ਜਾਓ ਨਾਲ ਲੱਗਦੇ ਆ ਫਿਰ ਉੱਥੇ ਹੀ ਹਾਂ ਉਹ ਵੀ ਕਰਕੇ ਜਾਵਾਂਗੇ ਕਰਕੇ ਜਾਵਾਂਗੇ। ਠੀਕ ਹੈ ਥੈਂਕ ਯੂ।